मोगा दे सरकारी प्राइमरी स्कूल विखे लोड़वंद बच्चियां नू कोटियां दित्तियां गईयां। सर्दी दा मौसम होण कारण बच्चियां नू कोटियां दी लोड़ सी, जिस नू देखदे होए सुखमनी साहिब सेवा सोसाइटी वल्लों बच्चियां नू कोटियां दित्तियां गईयां। इस मौके स्कूल दे प्रिंसीपल ने समूह सोसाइटी मैंबरां दा धन्नवाद किया। मोगा तो अज दी आवाज़ लई मनीष गर्ग की रिपोर्ट। ਕੋਟੀਆਂ ਮਟੀਆਂ ਦੇ ਰਹੇ ਹਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਧੰਨਵਾਦੀ ਹਾਂ ਸੁਖਮਨੀ ਸੇਵਾ ਸੁਸਾਇਟੀ ਦੇ, ਜਿਨ੍ਹਾਂ ਦੇ ਕਰਕੇ ਸਾਡੇ ਬੱਚਿਆਂ ਨੂੰ, ਲੋੜਵੰਦ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ ਨੇ। ਸਰਦੀਆਂ ਦੀ ਆਮਦ ਨੂੰ ਦੇਖਦੇ ਹੋਏ ਸੁਖਮਨੀ ਸੇਵਾ ਸੁਸਾਇਟੀ ਉਹ ਸੁਸਾਇਟੀ ਹੈ ਜਿਹੜੀ ਸਾਡੇ ਲੋਕਾਂ ਨੂੰ ਬਾਣੀ ਨਾਲ ਵੀ ਜੋੜਦੀ ਆ ਅਤੇ ਲੋੜਵੰਦਾਂ ਦੀ ਮਦਦ ਵੀ ਕਰਦੀ ਆ। ਇਹ ਸ਼ਹਿਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਹੋਂਦ ਵਿੱਚ ਆਈ ਹੋਈ ਆ ਅਤੇ ਆਪਣੇ ਐਫਰਟਸ ਆ ਜਿਹੜੇ ਲਗਾਤਾਰ ਕਰ ਰਹੀ ਆ। ਹਰ ਸਾਲ ਸਾਡੇ ਬੱਚਿਆਂ ਨੂੰ ਸਰਦੀਆਂ ਨੂੰ ਦੇਖਦੇ ਹੋਏ, ਜਦੋਂ ਸਰਦੀਆਂ ਦੀ ਸਟਾਰਟਿੰਗ ਹੁੰਦੀ ਆ ਸਾਡੇ ਬੱਚਿਆਂ ਨੂੰ ਇਹ ਦੇ ਕੇ ਜਾਂਦੇ, ਕੋਟੀਆਂ ਅਤੇ ਟੋਪੀਆਂ ਵੀ ਦੇ ਕੇ ਜਾਂਦੇ ਆ, ਲੋੜ ਪਵੇ ਤਾਂ ਬੂਟ ਬੈਗ ਵੀ ਦੇ ਪ੍ਰੋਵਾਈਡ ਕਰਵਾਏ ਜਾਂਦੇ ਆ। ਅਸੀਂ ਸੁਖਮਨੀ ਸੇਵਾ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਤਾਂ ਕਿਉਂਕਿ ਜਦੋਂ ਲੋੜ ਹੁੰਦੀ ਆ ਹੈ ਨਾ, ਤਾਂ ਉਹ ਬੱਚਿਆਂ ਨੂੰ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਚੀਜ਼ ਮਿਲਦੀ ਆ, ਬੱਚੇ ਵੀ ਖੁਸ਼ ਹੁੰਦੇ ਆ ਅਤੇ ਅਸੀਂ ਟੀਚਰ ਸਾਹਿਬਾਨ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੁਸਾਇਟੀ ਦਾ, ਕਿਉਂਕਿ ਸਰਦੀਆਂ ਤੋਂ ਬੱਚੇ ਬਚਦੇ ਆ। ਕਿੰਨੇ ਬੱਚੇ ਪੜ੍ਹਦੇ ਸਕੂਲ ਦੇ ਵਿੱਚ? ਸਾਡੇ ਕੋਲ ਸਕੂਲ ਦੇ ਵਿੱਚ 325 ਬੱਚਾ ਪੜ੍ਹਦਾ ਵਾ ਜੀ, ਅਤੇ ਹਰ ਸਾਲ ਤਕਰੀਬਨ ਹਰ ਸਾਲ ਹੀ ਮਤਲਬ ਕਿ ਬੱਚਿਆਂ ਨੂੰ ਸਾਰਿਆਂ ਨੂੰ ਪ੍ਰੀ ਪ੍ਰਾਇਮਰੀ ਤੋਂ ਲੈ ਕੇ 5ਵੀਂ ਤੱਕ ਉਹਨਾਂ ਨੂੰ ਵਰਦੀਆਂ ਪ੍ਰੋਵਾਈਡ, ਕੋਟੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ, ਬੂਟ ਵੀ ਦਿੱਤੇ ਜਾਂਦੇ ਆ। ਗੌਰਮੈਂਟ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਤੇ ਬੱਚਿਆਂ ਨੂੰ? ਜੀ, ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਮਿਲਦੀਆਂ ਨੇ, ਪਰ ਸਾਲ 'ਚ ਇੱਕ ਵਾਰੀ ਵਰਦੀਆਂ ਦਿੱਤੀਆਂ ਜਾਂਦੀਆਂ ਨੇ, ਪੂਰੀ ਵਰਦੀ ਹੁੰਦੀ ਆ ਉਹਦੇ ਵਿੱਚ। ਜਿਵੇਂ ਹੁਣ ਸਰਦੀਆਂ ਆ ਗਈਆਂ ਤਾਂ ਬੱਚਿਆਂ ਨੂੰ 2 ਕੋਟੀਆਂ ਦੀਆਂ ਜ਼ਰੂਰਤ ਤਾਂ ਹੁੰਦੀ ਆ, ਤਾਂ ਜਿਵੇਂ ਇੱਕ ਕੋਟੀ ਬੱਚਾ ਧੋ ਲੈਂਦਾ, ਦੂਜੀ ਧੋਤੀ ਹੋਈ ਪਾ ਲੈਂਦਾ, ਜਾਂ ਜੇ ਲੋੜ ਹੋਵੇ ਤਾਂ 2, ਸਰਦੀ ਜ਼ਿਆਦਾ ਹੋਵੇ ਤਾਂ 2 ਵੀ ਪਾ ਕੇ ਆ ਸਕਦੇ ਨੇ। ਪਰਮਵੀਰ ਸਿੰਘ ਜੀ, ਅੱਜ ਤੁਸੀਂ ਉੱਥੇ ਜਾਗਰੂਕਤਾ ਦੇ ਨਾਲ ਬੱਚਿਆਂ ਨੂੰ ਕੋਟੀਆਂ ਬਾਰੇ ਜਿਹੜੇ ਉਹਨਾਂ ਜਾਣਕਾਰੀ ਦਿੱਤੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਿਊ ਗੁਲਾਬੀ ਬਾਗ ਮੋਗਾ, ਜੋ 1975 ਤੋਂ ਲੈ ਕੇ ਮੋਗੇ ਦੇ ਸ਼ਹਿਰ ਦੇ ਵਿੱਚ ਵੱਖ ਵੱਖ ਸਮਾਗਮ, ਖਾਸ ਕਰਕੇ ਹਰੇਕ ਐਤਵਾਰ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਜੋ ਨਿਸ਼ਕਾਮ ਕੀਰਤਨ ਸਮਾਗਮ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਕੀਰਤਨੀਏ ਔਰ ਪਾਠ ਕਰਨ ਵਾਲੇ ਸਾਰੇ ਜਿੰਨੇ ਵੀ ਸੇਵਾਦਾਰ ਹਨ, ਸਾਰੇ ਨਿਸ਼ਕਾਮ ਸੇਵਾ ਕਰਦੇ ਹਨ, ਔਰ ਸਮਾਗਮਾਂ ਦੇ ਦੌਰਾਨ ਜੋ ਮਾਇਆ ਇਕੱਤਰ ਹੁੰਦੀ ਹੈ ਉਹ ਸਮਾਜ ਦੀ ਭਲਾਈ ਲਈ ਵਰਤੀ ਜਾਂਦੀ ਹੈ, ਗਰੀਬ ਬੱਚਿਆਂ ਦੀ ਪੜ੍ਹਾਈ ਲਈ, ਜਾਂ ਜਿਵੇਂ ਹੁਣ ਤੁਸੀਂ ਅੱਜ ਦੇ ਦਿਨ ਦਾ ਸਮਾਗਮ ਦੇਖ ਰਹੇ ਹੋ, ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੋਗਾ ਵੱਲੋਂ ਜੋ ਬੱਚੇ ਜਿਹੜੇ ਹਨ ਲੋੜਵੰਦ ਬੱਚਿਆਂ ਦੇ ਲਈ ਜੋ ਕੋਟੀਆਂ ਖਰੀਦੀਆਂ ਗਈਆਂ ਹਨ, ਉਹ ਅੱਜ ਸਕੂਲ ਦੇ ਵਿੱਚ ਵੰਡੀਆਂ ਜਾ ਰਹੀਆਂ ਹਨ। ਜਿਹੜੇ ਬੱਚੇ ਗਰੀਬ ਪਰਿਵਾਰਾਂ ਵਿੱਚੋਂ ਪੜ੍ਹ ਰਹੇ ਹਨ ਉਹ ਬੱਚਿਆਂ ਦੇ ਭੜੇ ਲਈ ਅੱਜ ਕੋਟੀਆਂ ਵੰਡੀਆਂ ਜਾ ਰਹੀਆਂ ਹਨ, ਅਤੇ ਨਾਲ ਜਿੰਨੇ ਵੀ ਮੋਗੇ ਸ਼ਹਿਰ ਦੀਆਂ ਸੁਸਾਇਟੀਆਂ ਹਨ ਉਹਨਾਂ ਦੇ ਨੁਮਾਇੰਦੇ ਵੀ ਹਨ, ਖਾਸ ਕਰਕੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਇਸ ਜੋ ਬੱਚਿਆਂ ਨੂੰ ਵੰਡੀਆਂ ਜਾ ਰਹੀਆਂ ਕੋਟੀਆਂ ਉਹਨਾਂ ਵਿੱਚ ਹਾਜ਼ਰ ਹੋਏ ਹਨ।